ਸਾਹਿਬ ਨੂੰ ਗੌਰਵ ਅਨਮੋਲ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਹੈ ਜੀ ਔਰ ਸਾਡੇ ਚੈਨਲ ਗੌਰਵ ਅਨਮੋਲ ਮਿਊਜ਼ਿਕ 'ਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਔਰ ਅੱਜ ਅਸੀਂ ਟਿਊਟੋਰੀਅਲ ਪਾ ਰਹੇ ਹਾਂ ਜੀ ਜੀ ਖਾਨ ਨੇ ਇੱਕ ਸਟੂਡੀਓ 'ਚ ਸੌਂਗ ਗਾਇਆ ਸੀ ਸਾਡੀ ਜਾਨ ਤੇ ਨਹੀਂ ਲੈਣੀ ਜੇ ਤੈਨੂੰ ਮੰਨ ਲਿਆ ਰੱਬ ਸੱਜਣਾ ਉਹਦਾ ਟਿਊਟੋਰੀਅਲ ਪਾ ਰਹੇ ਹਾਂ ਸੋ ਜਿੰਨੇ ਵੀ ਵਿਊਅਰਸ ਇਸ ਟਾਈਮ ਵੀਡੀਓ ਨੂੰ ਦੇਖ ਰਹੇ ਜਿਨ੍ਹਾਂ ਨੇ ਸਾਡੇ ਚੈਨਲ ਗੌਰਵ ਅਨਮੋਲ ਮਿਊਜ਼ਿਕ ਨੂੰ ਸਬਸਕ੍ਰਾਈਬ ਨਹੀਂ ਕੀਤਾ ਜੀ ਸਭ ਤੋਂ ਪਹਿਲਾਂ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਸਬਸਕ੍ਰਾਈਬ ਕਰਨ ਤੋਂ ਬਾਅਦ ਬੈੱਲ ਆਈਕਨ ਨੂੰ ਪ੍ਰੈਸ ਕਰਨਾ ਨਾ ਭੁੱਲਿਓ ਨੋਟੀਫਿਕੇਸ਼ਨਸ ਲਈ ਤਾਂ ਕਿ ਜਦੋਂ ਵੀ ਅਸੀਂ ਅਪਡੇਟ ਕਰਦੇ ਹਾਂ ਨਾਲ ਦੇ ਨਾਲ ਨੋਟੀਫਿਕੇਸ਼ਨ ਤੁਹਾਨੂੰ ਰਿਸੀਵ ਹੁੰਦੇ ਰਹਿਣ ਯੂਟਿਊਬ ਐਪਲੀਕੇਸ਼ਨ ਥਰੂ ਔਰ ਈਮੇਲ ਥਰੂ ਔਰ ਤੁਸੀਂ ਸਿੱਖਦੇ ਰਹੋ ਸੋ ਅੱਜ ਦਾ ਸਾਡਾ ਟਿਊਟੋਰੀਅਲ ਹੈ ਜੀ ਜੀ ਖਾਨ ਦਾ ਸਟੂਡੀਓ 'ਚ ਗਾਇਆ ਹੋਇਆ ਸੌਂਗ ਹੈ ਸਾਡੀ ਜਾਨ ਤੇ ਨਹੀਂ ਲੈਣੀ ਜੇ ਤੈਨੂੰ ਮੰਨ ਲਿਆ ਰੱਬ ਸੱਜਣਾ ਸੋ ਸਭ ਤੋਂ ਪਹਿਲਾਂ ਇਹਦਾ ਰਾਗ ਔਰ ਸਕੇਲ ਦੱਸਦੇ ਹਾਂ ਕਿਹੜਾ ਫਿਰ ਆਪਾਂ ਸਟਾਰਟ ਕਰਦੇ ਹਾਂ ਇਹਦਾ ਇੱਕ ਹੀ ਪਾਰਟ ਹੈ ਸੋ ਈਜ਼ੀਲੀ ਤੁਸੀਂ ਸਮਝ ਜਾਓਗੇ ਕੋਈ ਪ੍ਰੋਬਲਮ ਨਹੀਂ ਆਏਗੀ ਵੈਸੇ ਜੀ ਖਾਨ ਹਾਈ ਸਕੇਲ 'ਤੇ ਗਾਉਂਦੇ ਜ਼ਿਆਦਾਤਰ ਦੇਖਿਆ ਹੋਏਗਾ ਤੁਸੀਂ ਲਾਈਵ ਸ਼ੋਅ ਜਾਂ ਕਿਤੇ ਵੀ ਸੋ ਇਹ ਹਾਈ ਸਕੇਲ 'ਤੇ ਹੀ ਹੈ ਸਕੇਲ ਹੈ ਜੀ ਇਹਦਾ ਈ ਔਰ ਈ ਮਾਈਨਰ ਕੋਡ 'ਤੇ ਹੈ ਜਿਹਨੂੰ ਆਪਾਂ ਢਾਈ ਸਕੇਲ ਕਹਿੰਦੇ ਹਾਂ ਤੀਸਰਾ ਵਾਈਟ ਔਰ ਰਾਗ ਇਹਦਾ ਹੈ ਜੀ ਬਾਗੇਸ਼ਰੀ ਰਾਗ ਹੈ ਰਾਗ ਹੈ ਚਾਰੂਕੇਸੀ ਚਾਰੂਕੇਸੀ ਰਾਗ ਦੇ ਵਿੱਚ ਆ ਰਿਹਾ ਆ ਚਾਰੂਕੇਸੀ ਰਾਗ ਔਰ ਭੈਰਵੀ ਰਾਗ 'ਚ ਇੱਕ ਸੁਰ ਦਾ ਡਿਫਰੈਂਸ ਹੈ ਅਗਰ ਆਪਾਂ ਸਾਰੀ ਵਾਈਟ ਸੁਰ ਲਾ ਦਿੰਦੇ ਹਾਂ ਇਹ ਬਣ ਗਿਆ ਭੈਰਵੀ ਔਰ ਅਗਰ ਆਪਾਂ ਜਿਹੜਾ ਧਾ ਹੈ ਉਹ ਸ਼ੁੱਧ ਲਗਾ ਦਿੰਦੇ ਹਾਂ ਤਾਂ ਉਹ ਬਣ ਜਾਂਦਾ ਚਾਰੂਕੇਸੀ ਰਾਗ ਸੋ ਸਟਾਰਟ ਕਰਦੇ ਹਾਂ ਆਪਾਂ ਦੇਖੋ ਕਿੱਦਾਂ ਪਲੇ ਹੋਣਾ ਫਸਟ ਲਾਈਨ ਕਰਦੇ ਹਾਂ ਵਨ ਫਿੰਗਰ ਨਾਲ
ਨਾਲ ਬਿਲਕੁਲ ਸਲੋ ਗੱਲ ਗੱਲ ਤੇ ਰੋਬ ਮਾਰੇ ਚੈਨਲ ਗੌਰਵ ਅਨਮੋਲ ਮਿਊਜ਼ਿਕ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਔਰ ਸਬਸਕ੍ਰਾਈਬ ਕਰਨ ਤੋਂ ਬਾਅਦ ਬੈਲ ਆਈਕਨ ਨੂੰ ਪ੍ਰੈਸ ਕਰਨਾ ਨਾ ਭੁੱਲਿਓ ਨੋਟੀਫਿਕੇਸ਼ਨਸ ਲਈ ਤਾਂ ਕਿ ਜਦੋਂ ਵੀ ਅਸੀਂ ਅਪਡੇਟ ਕਰਦੇ ਹਾਂ ਨਾਲ ਦੇ ਨਾਲ ਨੋਟੀਫਿਕੇਸ਼ਨ ਤੁਹਾਨੂੰ ਰਿਸੀਵ ਹੁੰਦੇ ਰਹਿਣ ਯੂਟਿਊਬ ਐਪਲੀਕੇਸ਼ਨ ਥਰੂ ਔਰ ਈਮੇਲ ਥਰੂ ਸੋ ਨੈਕਸਟ ਟਿਊਟੋਰੀਅਲ ਲੈ ਕੇ ਬਹੁਤ ਜਲਦ ਹਾਜ਼ਰ ਹੋਵਾਂਗੇ ਥੈਂਕ ਯੂ ਸੋ ਮਚ